تاجدارِ ختمِ نبوت زندہ باد زندہ باد. دیکھو دیکھو کون آیا محمد عربی کا دین آیا. دیکھو دیکھو کون آیا محمد عربی کا دین آیا. عزت لایا عظمت لایا امن سکون محبت لایا. 2018 میں ایک اسلام نو پرچی دے دیو. خاص کر کے میں راشد بھائی ساڈا چھوٹا بھرا ہے اس نو پیش کرنا. انہیں ثابت کر دیتا ہے نبی پاک دا سچا دیوانہ ہونا. یہ سچا دیوانہ ہے میں انہوں پھر سلوک پیش کرنا. اصل بات یہ کہ پرو سارے سن دیو سارے سمجھ دیو بھائی اے جڑا ہے نا تحریک لبے کی یا رسول اللہ دا سمندر چھٹ پیا سمندر. یہ کوشش کر دے رے تے بن مرن دی رے تے باہر کدی کدی سمندر تے بن بن دے سمندر دا رخ ڈگیا اور روز کدا ہی اندا سمندر رے کچے بن ہوندے نے. ایہو جی کوئی کسے قسم دی پریشانی نہیں لانی. اے تسی سارے اپ سرکار دے جانے مستانے بیٹھے ہو نہیں خود کو مٹا دیں گے ہم جان مٹا دیں گے نمو سے آتا ہم سر کٹا دیں گے اگر ضرورت پڑی سر کٹ بھی لوا گے ہم کام بھی دیں گے بھیا کا نام اعوذ باللہ من الشیطان الرجیم بسم اللہ الرحمن الرحیم. سب تو پہلا ننار والے دا شکریہ ادا کرنا چوہدری راشد جڑا آیا اگے بھی تیرے سانما سا تو سانو پوری زندگی واسطے خرید لیا ہے تے تیرے ساتھی راہ دے ملک برادران میرے نارنگ مڑی عزیز نے انہاں دے جڑے عزیز نے انہاں بھی سانو خرید لیا ہے تے انشاءاللہ جس طرح راشد کرایا اون جی ملک برادر دوسری جنیاں بھی برادریاں نے انہاں دا شکریہ ادا کرنے ہاں. بڑا تسا مان ودایا ساڈا ایتھے بلا کے. باقی وی گلاں تہاڈے نال کرنے ہاں. السلام علیکم ورحمۃ اللہ وبرکاتہ. یہ میرے حلقے چ روز اتنے جانے ظاہر
ਇੱਥੇ ਕੜਾਲ ਚ ਮਜਮੇ ਚ ਜ਼ਾਹਰ ਮਾਈ ਸਾਹਿਬ ਦੇ ਕੋਈ ਨਾ ਕੋਈ ਬੰਦੇ ਹੋਣਗੇ। ਮਾਈ ਸਾਹਿਬ ਰੋਜ਼ ਤਲਵੰਡੀ ਪਿੰਡਰਾ ਜਾਂਦੇ ਨੇ, ਸਾਡਾ ਉਹਨਾਂ ਨੂੰ ਪਤਾ ਜਿਸ ਵੀ ਮਾਮਲਾ ਚ ਅਸੀਂ ਗੁਜ਼ਰ ਰਹੇ ਹਾਂ। ਅਗਰ ਸਾਡੇ ਵੋਟਰ ਸਪੋਰਟਰ ਨੂੰ ਨਨਾਰ ਚ ਧਮਕੀ ਦੇਣ, ਉਹ ਅਫਜ਼ਾਲ ਮੇਸ ਨੂੰ ਦੇਣ ਦੇ। ਬਾਕੀ ਤੁਹਾਡਾ ਮੈਰਿਜ ਹਾਲ ਬੁਕਿੰਗ ਹੋਈ ਸੀ, ਉਹਨਾਂ ਆਖਿਆ ਮੈਰਿਜ ਹਾਲ 'ਚ ਅਸਾਂ ਜਲਸਾ ਨਹੀਂ ਕਰਨ ਦੇਣਾ। ਅਸੀਂ ਤੁਹਾਡਾ ਸੁਬਾ ਇੱਥੇ ਮੈਰਿਜ ਹਾਲ ਮੈਂ ਸ਼ੁਰੂ ਕਰਾਉਣਾ, ਅਗਰ ਤੁਸੀਂ ਮੇਰਾ ਸਾਥ ਦਿਓ ਇੱਥੇ ਤੇ। ਇਹ ਨਾ ਕੋ ਗੱਲਾਂ ਇਹੋ ਜਿਹੀ ਮਜਬੇ ਕਰਦਾ ਕੈਂਡੀਡੇਟ, ਤੇ ਨਾ ਮੈਂ ਇਸ ਤੋਂ ਪਹਿਲਾਂ ਵੇਖਿਆ ਕਿਸੇ ਨੂੰ। ਚੋਰੀ ਸਰਵਰ ਕੀਤੀਆਂ ਨੇ ਪਹਿਲਾਂ ਵੀ ਰੂਪੋ ਚੱਕੀਆਂ ਆਇਆ, ਉਹ ਮੇਰੀ ਬੰਦਾ ਪਸੰਦ ਹੈ। ਬਾਕੀ ਅੱਜ ਤੱਕ ਮੈਨੂੰ ਕੋਈ ਨਜ਼ਰ ਨਹੀਂ ਆਇਆ ਬੰਦਾ ਕੋਈ ਤਾਂ ਗੱਲਾਂ ਕਰਦਾ ਕਿਸੇ ਨੂੰ ਕੈਂਡੀਡੇਟ ਦੇ ਮੁਖਾਲਫ, ਤੇ ਕੀਤੀਆਂ ਵੀ ਉਹਨਾਂ ਨੇ ਮੂੰਹ ਦੇ ਨੇ, ਤੇ ਅਸੀਂ ਵੀ ਇਨਸ਼ਾਅੱਲਾ ਤੁਹਾਡੇ ਸਾਹਮਣੇ ਇਹਨਾਂ ਦੇ ਮੂੰਹ ਦੇ ਹਾਂ। ਮੋਹਰ ਲਾਣੀ ਹੈ, ਇਹ ਨੀ ਆਖਣਾ ਇੱਕ ਰਹਿਣ ਦੇਈਏ ਤੇ ਇੱਕ ਲਾ ਦੇਈਏ। ਨਾ ਚੌਰੀ ਸ਼ਫਾਲ ਸਾਹਿਬ ਵੱਲੋਂ ਤੁਸੀਂ ਵੇਖਣਾ, ਨਾ ਅਫਜ਼ਾਲ ਮੇਸ ਵੱਲੋਂ ਵੇਖਣਾ। ਤੁਹਾਡੀ ਜਿਹੜੀ ਜਮਾਤ ਹੈ ਤੁਸੀਂ ਉਹਨੂੰ ਵੇਖਣਾ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਨ ਨੂੰ ਤਹਤ ਲੈ ਕੇ ਆਉਣਾ। ਬਾਕੀ ਗੱਲਬਾਤ ਤੁਹਾਡੇ ਨਾਲ ਚੋਰੀ ਸ਼ਵਾਨ ਸਾਹਿਬ ਵੀ ਕਰਨੀ ਸੀ, ਲੇਕਿਨ ਉਹਨਾਂ ਦਾ ਗਲਾ ਖਰਾਬ ਹੈ, ਠੰਡਾ ਪਾਣੀ ਪੀ ਕੇ ਨਾ ਤੇ ਗਲਾ ਉਹਨਾਂ ਦਾ ਖਰਾਬ ਹੋਇਆ। ਬਾਕੀ ਅਗਰ ਪੂਰੇ ਨਨਾਰ ਚ ਸਾਡੇ ਵੋਟਰ ਸਪੋਰਟਰ ਨੂੰ ਕੋਈ ਤੰਗ ਕਰੇ ਉਹਦੇ ਸਾਥੀ ਆ। ਵੋਟਰ ਸਪੋਰਟਰ ਦੀ ਇੱਜ਼ਤ ਕਰਨਾ ਵੀ ਜਾਣਦੇ, ਉਹਦੀ ਹਿਫਾਜ਼ਤ ਵੀ ਕਰਨਾ ਜਾਣਦੇ ਆ। ਇਨਸ਼ਾਅੱਲਾ ਅਸੀਂ ਸਮਝੋ ਨਨਾਰ ਜੀ ਰਾਂ ਦੇ ਜਿਹੜਾ ਸਾਡਾ ਵੋਟਰ ਸਪੋਰਟਰ ਹੋਏਗਾ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹ ਹੀ ਆਪਣੇ ਆਪ ਨੂੰ MPA ਗਿਣੇਗਾ। ਤੇ ਤੁਹਾਨੂੰ ਐਡਵਾਂਸ ਮੁਬਾਰਕ ਹੈ, ਪੀਪੀ 59 ਦੀ ਸੀਟ ਤੁਹਾਡੀ ਕਲੀਅਰ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਇਹਦੇ ਨਾਲ ਹੀ ਇਜਾਜ਼ਤ ਚਾਹੁੰਦਾ, ਅਸਲਾਮ ਅਲੈਕੁਮ। ਜੀ ਮੈਂ ਖੁਸ਼ੀ ਕਰਦਾ ਜੀ, ਮੇਰੇ ਬਜ਼ੁਰਗੋ ਭਾਈਓ ਅਗਰ ਇਜਾਜ਼ਤ ਦਵੋ, ਸਦੋ ਵਾਲ ਇੰਤਜ਼ਾਰ ਕਰਨ ਡਏ ਨੇ, 3 ਘੰਟੇ ਦੀ ਤਖੀਰ ਹੋ ਗਈ ਉੱਥੇ। ਅਗਰ ਨਨਾਰ ਵਾਲੇ ਇਜਾਜ਼ਤ ਦੇਣ ਤੇ ਅਸੀਂ ਜਾਵਾਂਗੇ, ਅਗਰ ਨਹੀਂ ਇਜਾਜ਼ਤ ਦਿੰਦੇ ਤੇ ਫਿਰ ਵੀ ਬਹਿ ਜਾਂਗੇ ਤੁਹਾਡੇ ਕੋਲ। ਗ੍ਰਹਿ ਸਾਹਿਬ ਕਿੱਥੇ ਗਏ ਹੋ? ਰਾਸ਼ਦ ਮਹਿਮੂਦ ਗ੍ਰਹਿ ਸਾਹਿਬ
ਕਿੱਥੇ ਗਏ ਨੇ ਗ੍ਰਾਹ ਸਾਹਿਬ ਨਜ਼ਰ ਨਹੀਂ ਆਉਂਦੇ ਹੁਣ ਬਾਕੀ ਗ੍ਰਾਹ ਸਾਹਿਬ ਤੁਸੀਂ ਸਾਡੇ ਵੀਰ ਹੋ ਟੈਨਸ਼ਨ ਨਹੀਂ ਲੈਣੀ ਕਿਸੇ ਕਿਸਮ ਦੀ ਠੀਕ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਛਾ ਬਾਈ ਜਿਹੜੇ ਦੋਸਤ ਸਾਡੇ ਨਾਲ ਬਦੋਚੀ ਦੇ ਚੋਂ ਅੱਗੋਂ ਪਿੱਛੋਂ ਆਏ ਨੇ ਉਹ ਮੇਰੇ ਉਹਨਾਂ ਬੜੀ ਮਿਹਰਬਾਨੀ ਹੈ ਸ਼ੁਕਰੀਆ ਉਹਨਾਂ ਬੜੀ ਵਿਚਾਰਿਆਂ ਵੇਟ ਕੀਤਾ ਖੱਜਲ ਖੁਆਰ ਹੋਏ ਨੇ ਉਹ ਵਾਪਸ ਜਾ ਸਕਦੇ ਨੇ ਅਗਰ ਕੋਈ ਖੁਸ਼ੀ ਨਾਲ ਜਾਣਾ ਚਾਹੁੰਦਾ ਠੀਕ ਹੈ ਅਸੀਂ ਸੱਦੇ ਵਾਲੇ ਇੱਕ ਜਲਸੇ ਤੇ ਚੱਲੇ ਹਾਂ ਚੌਰੀ ਸ਼ਫਾਕ ਸਾਹਿਬ ਦੀ ਗੱਲ ਸੁਣ ਕੇ ਜਾਣਾ ਸਾਡੇ ਐਮ ਐਲ ਏ ਸਾਹਿਬ ਨੇ ਵੋਟ ਪੋਲਾ ਵੀ ਪਾਉਣਾ ਤੇ ਥੱਲੜਾ ਵੀ ਪਾਉਣਾ ਹੈ ਨਹੀਂ ਸਮਝਣਾ ਕਿ ਹਾਜੀ ਅਫਜ਼ਾਲ ਮੇਰੇ ਇਕੱਲੇ ਨੂੰ ਪਾਉਣਾ ਸ਼ਫਾਕ ਭਾਈ ਸਾਹਿਬ ਨੂੰ ਵੀ ਵੋਟ ਪਾਉਣਾ ਦੋਵੇਂ ਹੀ ਵੋਟ ਮੁਹਬਤ ਤੁਹਾਡਾ ਜਜ਼ਬਾ ਦੇਖ ਕੇ ਅਟਾਲਾ ਲਾ ਚੁੱਕਾ ਕਿ ਅੱਲਾ ਦੇ ਫਜ਼ਲ ਕਰਮ ਨਾਲ ਲੱਭਈ ਯਾ ਰਸੂਲ ਅੱਲਾ ਪੰਜੀ ਤਾਰੀਖ ਨੂੰ ਬੇ ਸਿੱਟਾ ਜਿੱਤ ਚੁੱਕੀ ਹੈ ਕਾਫੀ ਤਕਲੀਫ ਹੈ ਤੇ ਬਿਹਤਰ ਹੈ ਕਿ ਤੁਸੀਂ ਮੇਰਾ ਸਲਾਮ ਕਬੂਲ ਕਰੋ ਤੇ ਇਨਸ਼ਾਅੱਲਾ ਸ਼ਾਇਦ ਇੱਕ ਅੱਧੇ ਦਿਨ ਚ ਠੀਕ ਹੋ ਜੇ ਤੇ ਫਿਰ ਮੈਂ ਜਨਾਬ ਦੀ ਖਿਦਮਤ ਫਿਰ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗਾ ਬੜੀ ਮਿਹਰਬਾਨੀ ਨਹੀਂ ਜੀ ਅਗਰ ਕਰਨਾ ਨਹੀਂ ਬੋਲਿਆ ਜੀ ਨਹੀਂ ਬੋਲਿਆ ਜਾਂਦਾ ਕੋਈ ਨੀ ਖੈਰ ਤਾਜਦਾਰੇ ਖਤਮ ਨਬੂਆ